ਇੱਕ ਤਾਂ ਯਾਰ ਇਹਨਾਂ ਲਾਈਟਾਂ ਦਾ ਕੋਈ ਟਾਈਮ ਨਹੀਂ ਹੈਗਾ, ਕਦੇ ਛੱਡ ਦਿੰਦੇ ਨੇ ਕਦੇ ਕੱਟ ਦਿੰਦੇ ਨੇ, ਆਹ ਹੁਣ ਫਿਰ ਕੱਟ ਲਈ, ਹੁਣ ਪਤਾ ਨਹੀਂ ਕਦੋਂ ਆਊਗੀ। ਚੱਲ ਐਂ ਕਰਦਾ ਆਟੋਮੈਟਿਕ ਛੱਡ ਦਿੰਦਾ, ਜਦੋਂ ਆਊਗੀ ਆਪੇ ਚੱਲ ਪਊਗੀ, ਨਾਲੇ ਆਰਾਮ 'ਚ ਜਿਹੜੀ ਰਹਿੰਦੀ ਆ। ਤੇਰੀ ਭੈਣ ਨੂੰ ਆ ਕੀ ਭਾਣਾ ਵਾਪਰ ਗਿਆ, ਉਸਨੂੰ ਫੋਨ ਕਰ। ਹੈਲੋ ਪੁਲਿਸ, ਨਾ ਨਾ ਜਨਾਬ ਮੈਂ ਇਕੱਲੇ ਹੀ ਹੁੰਦਾ ਜੀ ਮੇਰੀ ਮੋਟਰ ਤੇ। ਲਾਸ਼ਾਂ ਦੀ ਹਾਲਤ ਦੇਖ ਕੇ ਸਾਫ ਪਤਾ ਲੱਗਦਾ ਕੰਮ ਰਾਤ ਦੇ 12-1 ਦੇ ਕਰੀਬ ਹੋਇਆ। ਜਦੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹੋਣਗੀਆਂ ਕਿਸੇ ਨੇ ਤਾਂ ਦੇਖਿਆ ਹੋਣਾ, ਤੂੰ ਰਾਤੀ ਗੇੜਾ ਨੀ ਮਾਰਿਆ ਮੋਟਰ ਤੇ? ਨਹੀਂ ਜਨਾਬ ਮੈਂ ਨੀ ਆਇਆ ਜੀ ਮੋਟਰ ਤੇ ਰਾਤ, ਬੱਤੀ ਨੀ ਆਈ ਰਾਤ, ਤਾਂ ਮੈਨੂੰ ਨੀ ਇਸ ਬਾਰੇ ਪਤਾ ਕੁਛ, ਕੀ ਪਤਾ ਕੌਣ ਕਰ ਗਿਆ ਹੋਵੇ। ਪਰ ਤੂੰ ਕਿ ਇੰਨਾ ਰੌਣਕਾ ਹੋਈ ਜਾਂਦਾ, ਜਿੰਨਾ ਪੁੱਛਦੇ ਉਨਾ ਹੀ ਜਵਾਬ ਦੇ। ਜਨਾਬ ਡਰ ਲੱਗਦਾ ਜੀ ਮੇਰੇ ਨਿੱਕੇ ਨਿੱਕੇ ਬੱਚੇ, ਗਰੀਬ ਬੰਦਾ ਜੀ ਮੈਂ। ਉਹ ਤੂੰ ਫੇਰ ਸ਼ੁਰੂ ਹੋ ਗਿਆ, ਉਹ ਤੈਨੂੰ ਕੁਛ ਨਹੀਂ ਕਹਿੰਦੇ ਜਵਾਨਾ, ਬਸ ਤੈਨੂੰ ਪੁੱਛ ਗਿੱਛ ਲਈ ਠਾਣੇ ਆਉਣਾ ਪਊਗਾ। ਮੈਂ ਕਿਉਂ ਠਾਣੇ ਜੀ, ਮੈਨੂੰ ਤਾਂ ਕੁਛ ਵੀ ਨਹੀਂ ਪਤਾ ਮੈਂ ਕੀਤਾ ਕੀ ਹੈ ਜੀ। ਤੇਰੀ ਮੋਟਰ 'ਤੇ ਕਾਂਡ ਹੋਇਆ, ਸਭ ਤੋਂ ਪਹਿਲਾਂ ਸਵਾਲ ਜਵਾਬ ਤੇਰੇ ਤੋਂ ਹੋਣਗੇ। ਪਰ ਜਨਾਬ ਮੈਂ ਤਾਂ ਲਾਡੀ, ਦੂਸਰੀ ਟੀਮ ਕਦੋਂ ਆ ਰਹੀ ਹੈਗੀ? ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਣਾ ਗਾ, ਕੇਸ ਦਾ ਕੋਈ ਕਲੀਊ ਮਿਲਿਆ ਆਪਾਂ ਨੂੰ? ਆ ਰਹੀ ਹੈ ਟੀਮ ਥੋੜ੍ਹੇ ਟਾਈਮ ਤੱਕ ਹੀ। ਕਿਸੇ ਨੇ ਕਿੰਨੇ ਬੁਰੇ ਤਰੀਕੇ ਨਾਲ ਦੋਨਾਂ ਦਾ ਕਤਲ ਕੀਤਾ, ਪਹਿਚਾਣ ਵੀ ਨਹੀਂ ਆਉਂਦੀ, ਸਾਰੇ ਸਬੂਤ ਮਿਟਾ ਤੇ ਲਾਸ਼ਾਂ ਦੇ। ਹੁਣ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਲਾਸ਼ਾਂ ਦਾ ਪਤਾ ਲੱਗੂ। ਜੈ ਹਿੰਦ ਸਰ। ਜੀ ਸਰ, ਡੈੱਡ ਬੋਡੀ ਪੋਸਟਮਾਰਟਮ ਲਈ ਭੇਜ ਰਹੇ ਹਾਂਗੇ, ਟੀਮ ਬਸ ਪਹੁੰਚਣ ਵਾਲੀ ਹੈ। ਓਕੇ ਸਰ, ਜੈ ਹਿੰਦ ਸਰ। ਸਰ ਦਾ ਫੋਨ ਆਇਆ ਸੀ, ਉਹ ਐਂ ਪੁੱਛਦੇ ਸੀ ਵੀ ਡੈੱਡ ਬੋਡੀਆਂ ਹਜੇ ਤੱਕ ਪੋਸਟਮਾਰਟਮ ਲਈ ਕਿਉਂ ਨਹੀਂ ਭੇਜੀਆਂ, ਅਤੇ ਹਲੇ ਤੱਕ ਰਿਪੋਰਟ ਕਿਉਂ ਨਹੀਂ ਬਣੀ ਕੇਸ ਦੀ। ਉਹ ਅਫਸਰ ਆਪ ਕੁਰਸੀ 'ਤੇ ਬੈਠੇ ਹੁਕਮ ਮਾਰੀ ਜਾਣਗੇ ਯਾਰ, ਅਤੇ ਸਿਸਟਮ ਸਰਕਾਰ ਦਾ ਸੁਸਤਾ, ਅਤੇ ਪ੍ਰੈਸ਼ਰ ਆਪਣੇ 'ਤੇ।
ਜਨਾਬ, ਇਹਦਾ ਮਤਲਬ ਇਹ ਪਿੰਡ 'ਚੋਂ ਕੋਈ ਲਾਪਤਾ ਨਹੀਂ ਹੋਇਆ, ਦੋਵੇਂ ਲਾਸ਼ਾਂ ਕਿਸੇ ਹੋਰ ਪਿੰਡ ਦੀਆਂ ਨੇ। ਕਿਸੇ ਹੋਰ ਪਿੰਡ 'ਚ ਲਿਆ ਕੇ ਇਹਨਾਂ ਨੂੰ ਇਹ ਪਿੰਡ 'ਚ ਮਾਰਿਆ ਗਿਆ? ਬਿਲਕੁਲ, ਨਾਲ ਲੱਗਦੇ ਪਿੰਡਾਂ ਤੋਂ ਪੁੱਛ ਗਿੱਛ ਕਰਕੇ ਦੇਖਦੇ। ਬਾਕੀ ਆਪਾਂ ਸਾਰੇ ਕੈਮਰੇ ਚੈੱਕ ਕਰਵਾਉਣੇ ਆ ਪਿੰਡ 'ਚ, ਜਿੱਥੇ ਜਿੱਥੇ ਵੀ ਕੈਮਰੇ ਲੱਗਣੇ ਨਾ ਉਹਨਾਂ ਦੇ ਸਾਰੇ ਰਿਕਾਰਡ ਮੰਗਾਓ ਥਾਣੇ 'ਚ। ਚਲੋ ਠੀਕ ਆ ਸਰਪੰਚ ਸਾਹਿਬ, ਠੀਕ ਆ, ਚੱਲਦੇ ਆ ਅਸੀਂ। ਚੰਗਾ, ਯਾਦ ਜ਼ਰੂਰ ਕਰਿਓ ਜੇ ਲੋੜ ਪਈ। ਚੰਗਾ, ਠੀਕ ਆ ਜੀ, ਠੀਕ ਆ, ਓਕੇ, ਸਤਿ ਸ਼੍ਰੀ ਅਕਾਲ। ਸਰ ਆ ਗਈ ਰਿਪੋਰਟ ਪੋਸਟਮਾਰਟਮ ਦੀ। ਆ ਗਈ ਰਿਪੋਰਟ? ਕੀ ਆ ਯਾਰ ਰਿਪੋਰਟ 'ਚ ਦੇਖੀਏ। ਰਿਪੋਰਟ ਦੇ ਮੁਤਾਬਕ ਪਹਿਲਾਂ ਤਾਂ ਦੋਨਾਂ ਨੂੰ ਤੇਜ਼ ਧਾਰ ਹਥਿਆਰਾਂ ਨਾਲ ਮਾਰਿਆ ਗਿਆ, ਫਿਰ ਅੱਗ ਲਾਈ ਗਈ ਹੈ। ਲਾਸਾਂ ਨੂੰ ਸਾੜਨ ਦੀ ਵਜ੍ਹਾ ਇਹ ਹੈ ਕਿ ਡੈੱਡ ਬਾਡੀ ਦੀ ਪਛਾਣ ਨਾ ਸਕੇ। ਸਹੀ ਕਿਹਾ, ਲਾਸ਼ਾਂ ਨੂੰ ਸਾੜ ਕੇ ਪਹਿਚਾਣ ਬਿਲਕੁਲ ਮਿਟਾ ਦਿੱਤੀ ਗਈ ਹੈ। ਸਰ ਪੋਸਟਮਾਰਟਮ ਦੀ ਰਿਪੋਰਟ ਵਿੱਚ ਸਿਰਫ ਇੰਨਾ ਕੁ ਪਤਾ ਲੱਗਿਆ, ਕੁੜੀ ਦੀ ਏਜ 23-24 ਸਾਲ ਹੈ, ਮੁੰਡੇ ਦੀ ਏਜ 25-26 ਸਾਲ ਹੈ। ਇਸ ਤੋਂ ਇਲਾਵਾ ਆਪਾਂ ਨੂੰ ਹੋਰ ਕੁਛ ਨਹੀਂ ਪਤਾ ਚੱਲਿਆ। ਹਾਂ ਕਾਲੇ, ਦੱਸ ਕੀ ਖਬਰ ਹੈ? ਅੱਛਾ, ਇਹ ਤਾਂ ਬਹੁਤ ਵਧੀਆ ਗੱਲ ਹੈ, ਹੋਰ ਵੀ ਕੋਸ਼ਿਸ਼ ਕਰ ਪਤਾ ਲਗਾਉਣ ਦੀ, ਉੱਤੋਂ ਅਫਸਰਾਂ ਦਾ ਪ੍ਰੈਸ਼ਰ ਬਹੁਤ ਆ। ਚੱਲ ਠੀਕ ਆ। ਕਾਲੇ, ਖਬਰੀ ਤੋਂ ਖਬਰ ਮਿਲੀ ਹੈ ਕਿ ਨਾਲ ਦੇ ਪਿੰਡ ਤੋੜਾ ਵਾਲ ਇੱਕ ਕੋਠੀ ਖਾਲੀ ਹੈ, ਉੱਥੇ 3 ਜਾਣੇ ਰਹਿਣ ਆਏ ਸੀ, 2 ਮੁੰਡੇ ਅਤੇ 1 ਕੁੜੀ, ਪਰ ਉਹ ਕੁਝ ਕੁ ਦਿਨਾਂ ਤੋਂ ਲਾਪਤਾ ਨੇ, ਉਹਨਾਂ ਦਾ ਪਤਾ ਕਰੀਏ ਜਾ ਕੇ। ਇਹ ਤਾਂ ਬਹੁਤ ਵਧੀਆ ਗੱਲ ਪਤਾ ਲੱਗੀ ਹੈ ਜੀ, ਹੋ ਸਕੇ ਤਾਂ ਆਪਾਂ ਨੂੰ ਇਹ ਕੇਸ ਸੁਲਝਾਉਣ ਦੇ ਵਿੱਚ ਮਦਦ ਕਰੇ। ਹਾਂ, ਚਲ ਐਂ ਕਰ, ਆਹ ਫੜ ਗੱਡੀ ਦੀ ਚਾਬੀ ਅਤੇ ਆਪਾਂ ਹੁਣ ਛੇਤੀ ਚੱਲੀਏ, ਇਨਕੁਆਇਰੀ ਕਰਕੇ ਆਈਏ। ਓਕੇ ਸਰ। ਚਲ ਲਾਡੀ, ਐਂ ਕਰ, ਆ ਜਾਂਦਾ ਜਾ ਤੋੜ ਤੇ ਅੰਦਰੋਂ ਦੇਖਦੇ ਹਾਂ ਕੀ ਮਾਹੌਲ ਆ। ਕੋਠੀ ਦੀ ਹਾਲਤ ਦੇਖ ਕੇ ਇੰਨਾ ਤਾਂ ਪਤਾ ਲੱਗਦਾ ਕਿ ਬੜੇ ਸਾਲਾਂ ਤੋਂ ਇੱਥੇ ਕੋਈ ਨਹੀਂ ਰਹਿ ਰਿਹਾ ਹੁੰਦਾ। ਅਰੇ, ਪਿੰਡ ਦੇ ਸਰਪੰਚ ਨੇ ਵੀ ਦੱਸਿਆ ਸੀ ਆਪਾਂ ਨੂੰ ਵੀ 10-12 ਸਾਲਾਂ ਤੋਂ ਉਰੇ ਕੋਈ ਨਹੀਂ ਰਹਿ ਰਿਹਾ। ਚਲ ਕੋਈ ਨਹੀਂ, ਤੂੰ ਦੇਖ ਕੁਛ ਤਾਂ ਮਿਲੂਰੋਂ ਯਾਰ। ਸਰ ਉਰੇ ਬਿਸਤਰਾ ਵੀ ਪਿਆ, ਆਇਆ ਸੀ ਲੱਗਦਾ ਕੋਈ ਕੋਠੀ 'ਚ, ਪਿੰਡ ਵਾਲੇ ਤਾਂ ਆਪਾਂ ਨੂੰ ਗੁੱਜਾ ਗੁੱਜਾ ਦੱਸਦੇ ਆ, ਖੁੱਲ੍ਹ ਕੇ ਕੋਈ ਨਹੀਂ ਦੱਸਦਾ। ਪਿੰਡ ਵਾਲਿਆਂ ਦੇ ਦੱਸੇ ਅਨੁਸਾਰ 3 ਜਾਣੇ ਆਏ ਸੀ ਉਰੇ, ਠੀਕ ਹੈ, ਚਲ 2 ਜਾਣੇ ਤਾਂ ਕੁੜੀ ਅਤੇ ਮੁੰਡਾ ਹੋ ਗਏ, ਫਿਰ ਤੀਜਾ ਕੌਣ ਹੋਇਆ ਉਰੇ? ਚਲ ਕੋਈ ਨਾ ਸਰ, ਆਪਾਂ ਲੱਭਦੇ ਹਾਂ ਕੁਛ ਹੋਰ। ਚਲੋ, ਜਨਾਬ ਮੈਨੂੰ ਇੱਕ ਇਹ ਜੈਕਟ ਮਿਲੀ ਹੈ,
ਆਪਾਂ ਨੂੰ ਬਿਸਤਰੇ ਤੋਂ ਬਿਨਾਂ ਘਰ 'ਚ ਕੋਈ ਹੋਰ ਕੱਪੜਾ ਨਹੀਂ ਦਿਸਿਆ, ਸਿਰਫ ਆਹ ਜੈਕਟ ਦਿਸੀ ਹੈਗੀ। ਇਹ ਉਹ ਤਿੰਨਾਂ ਵਿੱਚੋਂ ਨਾ ਕਿਸੇ ਇੱਕ ਦੀ ਹੋ ਸਕਦੀ ਆ, ਤੂੰ ਚੈੱਕ ਕਰ ਜਿਹਦੇ ਵਿੱਚ ਕੁਛ ਆਪਾਂ ਨੂੰ ਮਿਲੇ। ਜਨਾਬ ਇਹਦੇ ਵਿੱਚ ਮੈਨੂੰ ਆਧਾਰ ਕਾਰਡ ਮਿਲੇ। ਚਲੋ ਕੁਛ ਤਾਂ ਮਿਲਿਆ। ਕੁਝ ਨਹੀਂ, ਬਹੁਤ ਜ਼ਿਆਦਾ ਫਾਇਦਾ ਹੋਇਆ ਸਰ, ਇਹ ਆਧਾਰ ਕਾਰਡ ਆਪਾਂ ਨੂੰ ਖੂਨੀ ਤੱਕ ਪਹੁੰਚਾ ਦੇ। ਅਤੇ ਇਹਦੇ ਵਿੱਚ ਉਹਦਾ ਪਤਾ ਵੀ ਲਿਖਿਆ ਹੋਇਆ। ਪਤਾ ਕੀ ਹੈ ਸਰ? ਨਾਮ ਹੀਰ, ਪਿੰਡ ਕਣਕਵਾਲ, ਅਤੇ ਉਮਰ 22 ਸਾਲ। ਰਿਪੋਰਟ ਦੇ ਹਿਸਾਬ ਨਾਲ ਸਰ ਜਿਹੜੀ ਉਹ ਕੁੜੀ ਦੀ ਲਾਸ਼ ਮਿਲੀ ਆ ਉਹਦੀ ਵੀ ਉਮਰ 22-23 ਸਾਲ ਦੀ ਸੀ। ਚੱਲ ਫਿਰ ਦੇਖਦਾ ਕੀ ਆ, ਚੱਲ ਆ ਪਤੇ 'ਤੇ। ਕੋਠੀ ਤਾਂ ਕਾਫੀ ਵੱਡੀ ਆ ਯਾਰ, ਹੈ ਨਾ? ਐਡਰੈਸ ਵੀ ਇਹੀ ਆ। ਚੱਲ ਫਿਰ ਮਾਰ। ਆ ਕੌਣ ਆ ਗਿਆ ਹੁਣ? ਦੇਖਾ ਪੁਲਿਸ। ਹਾਂਜੀ ਦੱਸੋ। ਹੀਰ ਇਹੀ ਪਤੇ ਤੇ ਰਹਿੰਦੀ ਆ? ਹਾਂ, ਹੀਰ ਮੇਰੀ ਕੁੜੀ ਆ। ਕੀ ਹੋ ਗਿਆ, ਕਿਵੇਂ ਆ? ਠੀਕ ਤਾਂ ਹੈਗੀ ਆ ਉਹ? ਕਿੱਥੇ ਆ ਉਹ? ਮਾਤਾ ਜੀ ਹੋਰ ਕੌਣ ਕੌਣ ਘਰ ਚ? ਹਾਂ, ਹੀਰ ਦੇ ਡੈਡੀ ਨੇ ਘਰੇ। ਤੁਸੀਂ ਮੈਨੂੰ ਦੱਸਿਆ ਨਹੀਂ ਹੀਰ ਕਿਵੇਂ ਆ। ਕਿਹਦੇ ਨਾਲ ਗੇਟ ਤੇ ਖੜੀ ਗੱਲਾਂ ਕਰੀ ਜਾਨੀ ਆ? ਪੁਲਿਸ ਆਈ ਆ, ਹੀਰ ਬਾਰੇ ਪੁੱਛਦੇ ਨੇ। ਹੀਰ? ਕੌਣ ਹੀਰ? ਅਸੀਂ ਨਹੀਂ ਕਿਸੇ ਹੀਰ ਨੂੰ ਜਾਣਦੇ। ਪੁਲਿਸ ਦੀ ਇਸ ਤਰ੍ਹਾਂ ਬੇਇੱਜ਼ਤੀ ਕਰਨੀ ਨਾ ਮਹਿੰਗੀ ਪੈ ਸਕਦੀ ਆ ਪ੍ਰਧਾਨ ਜੀ। ਪੁਲਿਸ ਵੀ ਆਪਣੀ ਇੱਜ਼ਤ ਬਚਾਵੇ, ਐਵੇਂ ਕਿਸੇ ਦੇ ਘਰ ਜ਼ਬਰਦਸਤੀ ਆ ਵੜਦੀ ਆ। ਦੇਖੋ ਸਰਦਾਰ ਜੀ, ਪੁਲਿਸ ਨੂੰ ਕੋਈ ਸ਼ੌਂਕ ਨਹੀਂ ਕਿਸੇ ਦੇ ਘਰੇ ਵੜਨ ਦਾ, ਸਾਨੂੰ ਵੀ ਕੋਈ ਕੰਮ ਆ, ਅਸੀਂ ਤਾਂ ਆਏ ਹਾਂ। ਜੇ ਹੀਰ ਬਾਰੇ ਪੁੱਛਣਾ, ਸਾਨੂੰ ਉਹਦੇ ਬਾਰੇ ਕੁਝ ਪਤਾ, ਸਾਡੇ ਨੂੰ ਕੁਝ ਲੱਗਦੀ। ਅੱਛਾ, ਆਧਾਰ ਕਾਰਡ ਤੇ ਤਾਂ ਹੀਰ ਦਾ ਪਤਾ ਹੀ ਲਿਖਿਆ। ਮਰ ਚੁੱਕੀ ਆ ਸਾਡੇ ਲਈ ਉਹ। ਸਾਨੂੰ ਇਹ ਨਹੀਂ ਪਤਾ ਤੁਹਾਡੀ ਹੀਰ ਨਾਲ ਕੀ ਨਾਰਾਜ਼ਗੀ ਆ, ਪਰ ਅਸੀਂ ਤਾਂ ਪੁੱਛ ਗਿੱਛੀ ਕਰਨ ਆਏ ਆ। ਕੀ ਪੁੱਛ ਗਿੱਛ? ਹੀਰ ਕਿੱਥੇ ਆ? ਸਾਨੂੰ ਇਹ ਸੀ ਕਿ ਇਹ ਖਬਰ ਤੁਹਾਨੂੰ ਆਰਾਮ ਨਾਲ ਦੱਸੀਏ, ਪਰ ਸਾਨੂੰ ਦੱਸਣਾ ਹੀ ਪੈਣਾ ਹੁਣ। ਕਿਹੜੀ ਖਬਰ? ਸਾਨੂੰ ਤੋੜਾ ਵਾਲੇ ਮੋਟਰ ਤੇ 2 ਡੈੱਡ ਬੋਡੀਆਂ ਮਿਲੀਆਂ ਨੇ, ਇੱਕ ਮੁੰਡੇ ਦੀ ਤੇ ਇੱਕ ਕੁੜੀ ਦੀ। ਜਿਹੜੀ ਕੁੜੀ ਦੀ ਬੋਡੀ ਆ ਉਹ ਸਾਨੂੰ ਸ਼ੱਕ ਆ ਵੀ ਉਹ ਹੀਰ ਦੀ ਹੋ ਸਕਦੀ ਆ। ਨਹੀਂ, ਉਹ ਮੇਰੀ ਹੀਰ ਨਹੀਂ ਹੋ ਸਕਦੀ। ਓਏ ਹੋ ਸਕਦਾ ਬੇਬੇ ਕਿ ਉਹ ਤੁਹਾਡੀ ਕੁੜੀ ਨਾ ਹੋਵੇ, ਪਰ ਸਾਨੂੰ ਕੇਸ ਦੀ ਛਾਣਬੀਨ ਚ ਪਤਾ ਲੱਗਿਆ ਵੀ ਆਧਾਰ ਕਾਰਡ ਤੁਹਾਡੀ ਕੁੜੀ ਦਾ ਹੀ ਆ, ਤੇ ਹੁਣ ਸਾਨੂੰ ਡਾਊਟ ਆ ਵੀ ਉਹ ਤੁਹਾਡੀ ਕੁੜੀ ਨਾ ਹੋਵੇ। ਨਹੀਂ ਨਹੀਂ, ਏਦਾਂ ਦੀਆਂ ਗੱਲਾਂ ਨਾ ਬੋਲੋ ਤੁਸੀਂ ਮੇਰੀ ਧੀ ਬਾਰੇ। ਮੈਨੂੰ ਨਹੀਂ ਪਤਾ, ਮੈਨੂੰ ਦੱਸੋ ਕਿੱਥੇ ਆ ਮੇਰੀ ਧੀ, ਚਾਹੀਦੀ ਆ ਮੈਨੂੰ ਤਾਂ। ਅਸੀਂ ਚਾਹੁੰਦੇ ਆ ਤੁਸੀਂ ਸਾਡੀ ਮਦਦ ਕਰੋ ਤਾਂ ਜੋ ਸਾਫ਼ ਹੋ ਸਕੇ ਕਿ ਉਹ ਡੈੱਡ ਬੋਡੀ ਹੀਰ ਦੀ ਹੈ ਜਾਂ ਨਾ। ਹਾਂਜੀ, ਪੁੱਛਣਾ ਜੋ ਪੁੱਛੋ, ਆ ਜਾਓ ਅੰਦਰ ਬਹਿ ਕੇ ਗੱਲ ਕਰਦੇ ਹਾਂ। ਚਾਹ ਪਾਣੀ ਲਵੋਂਗੇ? ਨਹੀਂ ਜੀ ਨਹੀਂ, ਬਸ ਮਿਹਰਬਾਨੀ ਜੀ। ਕੁਝ ਦਿਨ ਪਹਿਲਾਂ ਜੀ ਸਾਨੂੰ ਰਾਮ ਦੀ ਮੋਟਰ 'ਤੇ 2 ਲਾਸ਼ਾਂ ਮਿਲੀਆਂ ਨੇ, ਅਤੇ ਉਹ ਲਾਸ਼ਾਂ ਦੀ ਕੋਈ ਸਾਨੂੰ ਪਛਾਣ ਨਹੀਂ ਆਈ ਹੈਗੀ, ਜਮ੍ਹਾਂ ਸੜੀਆਂ ਹੋਈਆਂ ਸੀਗੀਆਂ ਉਹ। ਮਾਤਾ ਜੀ
ਜੇ ਮੈਂ ਤੁਹਾਨੂੰ ਦੱਸਿਆ ਸੀ ਵੀ ਲਾਸ਼ਾਂ ਦੀ ਹਾਲੇ ਕੋਈ ਪਛਾਣ ਨਹੀਂ ਹੋਈ, ਉਹ ਤਾਂ ਸਾਨੂੰ ਸ਼ੱਕ ਆ ਵੀ ਹੀਰ ਹੋ ਸਕਦੀ ਆ, ਬਾਕੀ ਹਾਲੇ ਕੋਈ ਪੱਕਾ ਸਬੂਤ ਨਹੀਂ ਹੈਗਾ। ਫਿਰ ਆਧਾਰ ਕਾਰਡ ਕਿੱਥੋਂ ਹੱਥ ਲੱਗਿਆ ਹੀਰ ਦਾ? ਅੰਕਲ ਜੀ, ਸਾਨੂੰ ਛਾਣਬੀਣ ਕਰਦੇ ਹੋਏ ਇੱਕ ਕੋਠੇ ਦੀ ਤਲਾਹ ਮਿਲੀ ਸੀ, ਉੱਥੇ 3 ਜਣੇ ਰਹਿ ਰਹੇ ਸੀ ਅਤੇ ਉਹ 3 ਜਣੇ ਕੁਝ ਦਿਨਾਂ ਮਗਰੋਂ ਗਾਇਬ ਹੋ ਗਏ ਅਤੇ ਫਿਰ ਅਸੀਂ ਉੱਥੇ ਗਏ ਅਤੇ ਉੱਥੇ ਅਸੀਂ ਜਾ ਕੇ ਛਾਣਬੀਣ ਕੀਤੀ ਜਦੋਂ ਅਤੇ ਉੱਥੋਂ ਸਾਨੂੰ ਜੈਕਟ ਮਿਲੀ ਅਤੇ ਉਹ ਜੈਕਟ ਵਿੱਚੋਂ ਸਾਨੂੰ ਆਧਾਰ ਕਾਰਡ ਮਿਲਿਆ। ਜਾ ਕੇ ਜੈਕਟ ਲਿਆਓ। ਤੁਹਾਡੀ ਹੀਰ ਨਾਲ ਕਿਸ ਚੀਜ਼ ਦੀ ਨਾਰਾਜ਼ਗੀ ਸੀ? ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਸਤੇ ਘਰੋਂ ਭੱਜ ਗਈ ਸੀ, ਸਾਡੇ ਲਈ ਤਾਂ ਉਦਣੀ ਮਰ ਗਈ ਸੀ ਉਹ। ਹਾਏ, ਆ ਤਾਂ ਮੇਰੀ ਹੀਰ ਦੀ ਜੈਕਟ ਆ, ਕਿੱਥੋਂ ਮਿਲੀ ਆ ਸਾਨੂੰ? ਆਏ ਤਾਂ ਮੇਰੀ ਹੀਰ ਕਿੰਨੇ ਪਿਆਰ ਨਾਲ ਲੈ ਕੇ ਆਈ ਸੀ, ਕੀ ਆ ਗਿਆ ਮੇਰੀ ਹੀਰ ਨਾਲ? ਇੰਨਾ ਟਾਈਮ ਲਾਈ ਕਿੱਥੇ ਰਹਿ ਗਈ ਸੀ? ਉਹ ਤਾਂ ਮੰਮੀ ਬਾਜ਼ਾਰ 'ਚ ਖੜ ਗਈ ਸੀ, ਮੈਨੂੰ ਜੈਕਟ ਪਸੰਦ ਆਈ, ਮੈਂ ਲੈ ਆਈ। ਲੈ, ਠੰਡ ਖਤਮ ਹੋਈ ਤਾਂ ਜੈਕਟ ਚੱਕ ਲਈ। ਕੁਛ ਨਹੀਂ ਹੁੰਦਾ, ਫਿਰ ਕੀ ਹੋ ਗਿਆ, ਅਗਲੇ ਸਾਲ ਤੱਕ ਕਿਹੜਾ ਮੈਂ ਮੁੱਕ ਜਾਣਾਗਾ। ਹਾਏ ਹਾਏ, ਅੱਜ ਤਾਂ ਗੱਲ ਕਹਿਤੀ, ਅੱਗੇ ਤੋਂ ਨਾ ਕਹਿਦੀ। ਮੰਮੀ ਤੁਸੀਂ ਆ ਦੇਖੋ ਪਹਿਲਾਂ, ਸੋਹਣੀ ਆ ਨਾ? ਹਾਂ ਹਾਂ, ਜੈਕਟ ਤਾਂ ਪੁੱਤ ਸੋਹਣੀ ਆ, ਕੋਈ ਪੈਸੇ ਖਰਾਬ ਕਰਦੀ ਨਹੀਂ, ਸਾਂਭ ਲਿਆ ਕਰ। ਫਿਰ ਕੀ ਹੋ ਗਿਆ, ਮੈਂ ਤੈਨੂੰ ਪਾ ਕੇ ਦਿਖਾਉਣੀ ਆਂਗੀ ਕਿੰਨੀ ਜੱਚਦੀ ਆ ਮੇਰੇ। ਮਹੀਨੇ ਦੀ ਤਾਂ ਠੰਡ ਰਹਿ ਗਈ ਸਾਰੀ, ਮੈਂ ਮਹੀਨੇ ਚ ਇੱਕ ਸਾ ਦੇਣੀ ਆ ਮੰਮੀ ਪਾਪਾ ਕੇ। ਚੱਲ ਠੀਕ ਆ, ਰੋਟੀ ਖਾ ਲਾ। ਚੱਲ, ਪਤਾ ਨੀ ਕੀ ਰੱਬ ਕਹਾਉਂਦਾ ਸੀ ਉਹਦੇ ਮੂੰਹੋਂ ਚੰਦਰੀ ਦੇ, ਕਹਿੰਦੀ ਸੀ ਅਗਲੇ ਸਿਆਲ ਕਿਹੜਾ ਮੈਂ ਮੁੱਕ ਜਾਣਾ। ਲੈ, ਰੱਬ ਨੇ ਸੱਚੀ ਉਹ ਮੁਕਾਤੀ। ਹੀਰ ਨੂੰ ਘਰੋਂ ਗਈ ਨੂੰ ਕਿੰਨਾ ਕੁ ਟਾਈਮ ਹੋਇਆ? ਬਸ 2 ਕੁ ਹਫ਼ਤੇ ਹੋਇਆ ਜੀ। ਉਹ ਮੁੰਡਾ ਕਿੱਥੋਂ ਦਾ ਸੀ ਅਤੇ ਕੀ ਕਰਦਾ ਸੀ? ਅਨਾਥ ਸੀਗਾ, ਅੱਗੇ ਪਿੱਛੇ ਕੋਈ ਹੈ ਨਹੀਂ ਸੀਗਾ, ਲਾਭ ਦੇ ਪਿੰਡ ਦਾ ਸੀਗਾ। ਤੁਹਾਨੂੰ ਕੋਈ ਖ਼ਬਰ ਸੀ ਉਹ ਦੋਨੇ ਕਿੱਥੇ ਗਏ ਨੇ ਘਰ ਛੱਡ ਕੇ? ਨਹੀਂ ਜੀ, ਸਾਥੋਂ ਤਾਂ ਦੂਰ ਗਈ ਸੀ, ਸਾਨੂੰ ਕਿਵੇਂ ਪਤਾ ਹੋਊ ਵੀ ਉਹ ਕਿੱਥੇ ਗਏ ਨੇ? ਕੋਈ ਫੋਨ ਜਾਂ ਮੈਸੇਜ ਕੀਤਾ ਹੋਣਾ ਉਸਨੇ? ਨਾ ਜੀ, ਕੋਈ ਨਹੀਂ। ਤੁਸੀਂ ਸਾਰੀ ਗੱਲ ਖੁੱਲ੍ਹ ਕੇ ਦੱਸੋ, ਕੀ ਪਤਾ ਸਾਨੂੰ ਕੋਈ ਕਲਿਊ ਮਿਲ ਜੇ ਇਹ ਕੇਸ ਨੂੰ ਅੱਗੇ ਵਧਣ 'ਚ। ਹੀਰ ਸਾਡੀ ਇਕੱਲੀ ਧੀ ਹੈ ਜੀ, ਅਸੀਂ ਉਹਨੂੰ ਬਹੁਤ ਲਾਡ ਪਿਆਰ ਨਾਲ ਪਾਲਿਆ, ਐਡੇ ਵੱਡੇ ਘਰ ਵਾਰ ਦੀ ਇਕੱਲੀ ਵਾਰਸ ਆ ਉਹ। ਕਿਵੇਂ ਲੰਮੀਆਂ ਕਹਾਣੀਆਂ ਪਈਆਂ, ਏਡਾ ਦਿਨ ਚੜਿਆ ਪਿਆ। ਇਹ ਹੀਰ, ਹੀਰ ਪੁੱਤ, ਮੰਮੀ ਸੋ ਲੈਣ ਦੋ, ਉੱਠ ਖੜ, ਖੜੀ ਹੋ ਜਾ, ਚਾਹ ਠੰਡੀ ਹੋ ਜਾਂਦੀ, ਖਰਾਬ ਹੋ ਜੂ ਨਾਲੇ। ਮੰਮੀ ਅੱਜ ਤਾਂ ਸੰਡੇ, ਅੱਜ ਕਿੱਥੇ ਜਾਣਾ? ਉੱਥੇ ਜੇ ਸੰਡੇ ਫਿਰ ਹੁਣ ਪਈ ਰਹਿਣਾ, ਖੜੀ ਹੋ ਜਾ ਉੱਠ ਕੇ। ਮੰਮੀ ਮੈਂ ਨਹੀਂ 11 ਵਜੇ ਤੋਂ ਪਹਿਲਾਂ ਉੱਠਣਾ। ਆ ਕੁੜੀ ਨਾ ਕਦੇ ਨੂੰ ਸੁੱਤਾ ਆਵੇ, ਇਹਦੇ ਪਿਓ ਨੇ ਝਮੜਾ ਰੱਖੀ ਆ ਇਹ, ਖੜੀ ਹੋ ਜਾ। ਛੱਡ ਗਿਆ ਮੇਰੀ ਲੜਦੀ ਦੇ ਦਿਨ? ਛੱਡ ਹੀ ਗਿਆ ਡੈਡੀ। ਨਾ ਉੱਠ ਗਈ, ਤੂੰ ਤਾਂ ਕਹਿੰਦੀ ਸੀ ਮੈਂ 11 ਵਜੇ ਉੱਠੂੰਗੀ, ਹੁਣ 10:30 ਉੱਠ ਕੇ ਆ ਗਈ। ਡੈਡੀ, ਮਹਿੰਦਰ ਨਾਲ ਸੰਡੇ ਨੂੰ ਸਿਰਫ 2 ਹੀ ਕੰਮ ਹੁੰਦੇ ਨੇ, ਇੱਕ ਰੱਜ ਕੇ ਸੋਣਾ ਤੇ ਦੂਜਾ ਮੰਮੀ ਦੇ ਤਾਣੇ ਮੇਣੇ। ਹੋ ਗਿਆ ਤੇਰਾ ਸੰਡੇ ਖਤਮ? ਵਾਲੀ ਚਮੜਾ ਰੱਖੀ ਆ ਇਹ ਤੁਸੀਂ? ਉਹ ਨਾ ਨਾ, ਐ ਨਾ ਮੇਰੀ ਧੀ ਨੂੰ ਬੋਲ, ਇਕੱਲੀ ਇਕੱਲੀ ਤਾਂ ਕੁੜੀ ਆ ਸਾਡੇ। ਉਹ ਬਗਾਨੇ ਘਰ ਜਾਣਾ, ਗਾਹ ਕੀ ਬਣੂਗਾ। ਮੰਮੀ, ਜੇ ਟਾਈਮ ਆਇਆ ਸਿੱਖ ਲੂੰਗੀ,
ਜੇ ਤੁਹਾਨੂੰ ਇੰਨਾ ਹੀ ਹੈ ਨਾ ਤਾਂ ਦਾਜ 'ਚ ਮੈਨੂੰ ਇੱਕ ਨੌਕਰ ਭੇਜ ਦਿਓ ਨਾਲ। ਲੈ ਹੋਰ ਹੁਕਮ ਮਹਾਰਾਣੀ ਦਾ। ਲੈ ਪੁੱਤਰ ਤੂੰ ਐਵੇਂ ਨਾ ਮੇਰੀ ਧੀ ਨੂੰ ਬੋਲਿਆ ਕਰ। ਡੈਡੀ ਮੈਨੂੰ ਲੱਗਦਾ ਸਿਰਫ ਤੁਸੀਂ ਮੈਨੂੰ ਪਿਆਰ ਕਰਦੇ ਹੋ, ਮੰਮੀ ਨਹੀਂ ਕਰਦੇ। ਲੈ ਦੇਖ ਲਓ, ਲੈ ਸੁਣ ਲਓ, ਇਕੱਲੀ ਇਕੱਲੀ ਮੇਰੀ ਧੀ ਆ, ਪਤਾ ਕਿੰਨੇ ਲਾਡਾਂ ਨਾਲ ਪਾਲੀ ਆ ਮੈਂ, ਇਹਨੂੰ ਪੜ੍ਹਾ ਕੇ ਵੱਡੀ ਅਫਸਰ ਕਰਨਾ ਮੈਂ, ਐਵੇਂ ਲੜਦੀ ਰਹਿੰਦੀ ਆ ਤੂੰ। ਹੋਰ ਚਮੜਾ ਲਓ ਚਮੜਾ। ਆਹੋ ਅੱਜ ਤਾਂ ਨਾਲੇ ਮੈਂ ਕਿੰਨੀ ਜਲਦੀ ਉੱਠ ਗਈ, ਫਿਰ ਵੀ ਮੈਨੂੰ ਕਹੀ ਜਾਂਦੇ ਆ। ਐਵੇਂ ਤਾਂ ਕਰਿਆ ਕਰ। ਵਹਿਮ ਹੋਇਆ ਹੋਊਗਾ, ਮੈਂ ਤਾਂ ਕਿਸੇ ਨਾਲ ਗੱਲ ਨੀ ਕਰ ਰਹੀ ਸੀ। ਦੇਖ ਹੀਰ, ਮੈਨੂੰ ਬੇਵਕੂਫ ਨਾ ਬਣਾ, ਤੇਰੀ ਮਾਂ ਮੈਂ, ਠੀਕ ਆ? ਪਰ ਮੰਮੀ ਇਹ ਤਾਂ ਕੁਛ ਹੈ ਹੀ ਨਹੀਂ, ਤੁਸੀਂ ਉਹ ਗਲਤ ਸੋਚੀ ਜਾਂਦੇ ਹੋਗੇ। ਜਿੰਨਾ ਤੈਨੂੰ ਮੈਂ ਜਾਣਦੀ ਆ ਨਾ, ਕੋਈ ਨਹੀਂ ਜਾਣਦਾ। 9 ਮਹੀਨੇ ਢਿੱਡ 'ਚ ਰੱਖਿਆ ਤੈਨੂੰ ਮੈਂ। ਮੰਮੀ ਮੈਂ ਸਿਰਫ ਪੜ੍ਹ ਰਹੀ ਸੀਗੀ। ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ ਜਿੰਨਾ ਪਿਆਰ ਕਰਦਾ, ਉਹਨਾਂ ਗੁੱਸਾ ਵੀ ਹੋ ਜਾ। ਮੰਮੀ ਤੁਸੀਂ ਕਿਉਂ ਆਏ, ਮੈਨੂੰ ਬਾਰ ਬਾਰ ਬੋਲੀ ਜਾਂਦੇ ਹੋ। ਚਲ ਮੈਂ ਕਹਿ ਰਹੀ ਹਾਂ, ਮੇਰੀ ਕੋਈ ਗਲਤੀ ਹੀ ਨਹੀਂ। ਗਲਤੀ ਦੇਖ ਹੀਰ, ਮੇਰੀ ਗੱਲ ਸੁਣ ਲਾ, ਮੈਂ ਨੋਟ ਕਰਦੀ ਹਾਂ ਤੈਨੂੰ ਕਿੰਨੇ ਦਿਨ ਤੋਂ। ਚੰਗਾ ਮੰਮੀ, ਪੜ੍ਹ ਲੈਣ ਦਿਓ ਮੈਨੂੰ। ਆਪਦੀ ਪੜ੍ਹਾਈ ਵੱਲ ਧਿਆਨ ਦੇ ਨਾ, ਦੱਸਤਾ ਤੈਨੂੰ ਮੈਂ, ਨਹੀਂ ਮੈਥੋਂ ਬੁਰਾ ਕੋਈ ਨਹੀਂ ਹੋਊਗਾ। ਤੂੰ ਪਾਗਲ ਆ, ਇੰਨੀ ਰਾਤ ਨੂੰ ਇੱਥੇ ਆ ਗਿਆ, ਇਹਨੂੰ ਵਾਰੀ ਵਾਰੀ ਕਿਉਂ ਫੋਨ ਕਰੀ ਜਾਂਦਾ ਸੀ? ਉਹ ਯਾਰ ਉਈ ਕਿਉਂ ਡਰੀ ਜਾਂਦੀ ਆ ਤੂੰ, ਤੂੰ ਤਾਂ ਹੀ ਘਬਰਾਈ ਜਾਂਦੀ ਹੈ। ਯਾਰ ਮੈਨੂੰ ਮੰਮੀ ਤੋਂ ਡਰ ਲੱਗਦਾ, ਉਹਨਾਂ ਨੂੰ ਤਾਂ ਪਹਿਲਾਂ ਹੀ ਮੇਰੇ 'ਤੇ ਸ਼ੱਕ ਆ, ਜੇ ਉਹਨਾਂ ਨੇ ਦੇਖ ਲਿਆ। ਉਹ ਪਰ ਸ਼ੱਕ ਤਾਂ ਉਹਨੂੰ ਸੱਚੀ ਹੈਗਾ, ਉਹ ਬੜਾ ਫਿਰ ਝੂਠਾ ਸ਼ੱਕ ਕਰਦੀ ਹੈ ਤੇਰੇ 'ਤੇ। ਮੇਰੀ ਗੱਲ ਤਾਂ ਸੁਣ ਲਓ, ਹਜੇ ਕੁਛ ਰਹਿ ਗਿਆ ਸੁਣਨ ਨੂੰ ਬੇਸ਼ਰਮੇ, ਹੈਂ? ਆਂਟੀ ਜੀ ਸਾਡੀ ਗੱਲ ਤਾਂ ਸੁਣ ਲਓ ਇੱਕ ਵਾਰ। ਤੂੰ ਜਾ ਇੱਥੋਂ, ਤੂੰ ਚੱਲ ਮੇਰੇ ਨਾਲ ਅੰਦਰ, ਅੱਜ ਕੱਲ੍ਹ ਦੇ ਜਵਾਬ ਨੇ ਕਿਹੜਾ ਸਮਾਂ ਮੇਲਾ ਰੱਖਿਆ। Thank you.
ਹਾਂ ਹੀਰ, ਮੇਰੀ ਗੱਲ ਸੁਣ ਲੈ, ਮੈਂ ਆਉਣਾ ਹੀ ਸੀ ਤੇਰੇ ਕੋਲ ਅੰਦਰ। ਆਪਣਾ ਫੈਸਲਾ ਬਦਲ ਲਾ, ਠੀਕ ਨਹੀਂ ਹੋਊਗਾ, ਹਜੇ ਵੀ ਮੌਕਾ। ਮੰਮੀ, ਮੈਂ ਇਹ ਫੈਸਲਾ ਨਾ ਬਹੁਤ ਸੋਚ ਸਮਝ ਕੇ ਲਿਆ ਹੈਗਾ, ਅਤੇ ਉਹ ਬਹੁਤ ਚੰਗਾ ਮੁੰਡਾ। ਤੇਰੇ ਪਿਓ ਦੇ ਸੁਭਾਅ ਨੂੰ ਤੂੰ ਜਾਣਦੀ ਨਹੀਂ, ਤੈਨੂੰ ਮਾਰ ਦੂ ਉਹ। ਮੰਮੀ, ਜੇ ਤੁਹਾਨੂੰ ਇੰਨਾ ਹੀ ਡਰ ਹੈ ਫਿਰ ਮੈਨੂੰ ਆਪਣੇ ਹੱਥੀਂ ਖੁਦ ਹੀ ਤੋੜ ਦਿਓ ਨਾ ਉਹਦੇ ਨਾਲ। ਐਂ ਕਿਵੇਂ ਤੋੜਦਾ ਤੈਨੂੰ ਐਰੇ ਗੇਰੇ ਨਾਲ, ਹਰ ਇੱਕ ਨਾਲ ਹੈ? ਮੰਮੀ, ਤੁਹਾਨੂੰ ਦੱਸੀ ਤਾਂ ਜਾਂਦੀ ਹਾਂ ਵੀ ਉਹ ਚੰਗਾ ਮੁੰਡਾ, ਮੈਂ ਖੁਸ਼ ਰਹੂੰਗੀ ਉਹਦੇ ਨਾਲ। ਜੇ ਮਾੜਾ ਨਿਕਲ ਗਿਆ ਕੌਣ ਜ਼ਿੰਮੇਵਾਰ ਆ ਫਿਰ? ਫਿਰ ਉਹ ਮੇਰੀ ਕਿਸਮਤ ਹੈ ਮੰਮੀ। ਚੰਗਾ, ਰੋਈ ਜੇ ਬੈਠੀ ਆਪਣੀ ਕਿਸਮਤ ਨੂੰ, ਸਾਡੇ ਵੱਲ ਨਾ ਝਾਕੀ ਫਿਰ। ਮੰਮੀ, ਬੰਟੀ ਚੰਗਾ ਮੁੰਡਾ, ਮੈਨੂੰ ਖੁਸ਼ ਰੱਖੂਗਾ ਉਹ। ਅਸੀਂ ਤਾਂ ਨਾ ਗਲਤੀ ਕਰ ਲਈ ਤੈਨੂੰ ਕਾਲਜ ਭੇਜ ਕੇ, ਤੇਰੇ ਪਿਓ ਨੂੰ ਪਹਿਲੀ ਰੋਕ ਦਿੰਦੀ ਮੈਂ ਵਧੀਆ ਰਹਿੰਦੀ। ਮੰਮੀ, ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰ ਸਕਦੀ ਹਾਂ। ਜਦੋਂ ਤੇਰੇ ਪਿਓ ਤੋਂ ਪਈਆਂ ਨਾ ਦੋ ਤੇਰੇ ਕੰਨ ਦੇ ਜੜ 'ਚ, ਤੇਰੇ ਸਾਰੇ ਫੈਸਲੇ ਨਿਕਲ ਜਾਣਗੇ। ਮੰਮੀ, ਤੁਸੀਂ ਇੱਦਾਂ ਕਿਉਂ ਬੋਲਦੇ ਹੋ? ਤੁਸੀਂ ਪਲੀਜ਼ ਡੈਡੀ ਨੂੰ ਮਨਾ ਲਓ ਨਾ। ਕੋਈ ਨਾ, ਮੈਂ ਦੇਖਦੀ ਹਾਂ ਜੇ ਉਹਨਾਂ ਨਾਲ ਗੱਲ ਕਰਕੇ, ਜੇ ਤੇਰੇ ਪਿਓ ਦੀ ਨਾ ਹੋਈ ਨਾ ਤਾਂ ਉਹ ਮੁੰਡੇ ਵੱਲ ਮੁੜ ਕੇ ਨਾ ਦੇਖੀ। ਮੰਮੀ, ਮੈਂ ਬੰਟੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਵਿਆਹ ਕਰਾਉਣਾ। ਆਪਣੀ ਧੀ ਦੀ ਗੱਲ ਆ, ਆਪਾਂ ਬਾਹਰ ਥੋੜੀ ਡਾਉਣੀ ਆ, ਸੰਭਾਲਣੀ ਆ। ਇੱਕ ਵਾਰ ਤੁਸੀਂ ਪਤਾ ਤਾਂ ਕਰੋ ਨਾ, ਦੇਖਦੇ ਫਿਰ ਕੀ ਬਣਦਾ। ਕਰ ਲੈਣਾ ਪਤਾ, ਜੇ ਮੁੰਡਾ ਲੈ ਕੇ ਨਾ ਨਿਕਲਿਆ ਨਾ ਹੀਰ ਦੀ ਜ਼ਬਾਨ ਤੋਂ, ਉਹ ਮੁੰਡੇ ਦਾ ਨਾਂ ਨਾ ਮੈਨੂੰ ਸੁਣੇ। ਤੁਸੀਂ ਕਰੋ ਤਾਂ ਪਤਾ, ਪਹਿਲੀ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ? ਕੀ ਪਤਾ ਵਧੀਆ ਹੀ ਹੋਵੇ। ਉਹ ਮੈਂ ਕਰ ਲੈਣਾ ਪਤਾ, ਕੋਈ ਨਾ। ਮੰਮੀ, ਕਦੋਂ ਆਊਗਾ ਡੈਡੀ? ਨਹੀਂ, ਤੈਨੂੰ ਹੁਣ ਕੀ ਬੇਚੈਨੀ ਹੋਈ ਪਈ ਆ? ਹੈਂ ਮੰਮੀ, ਟੈਨਸ਼ਨ 'ਚ ਹੋਈ ਜਾਂਦੀ ਆ। ਦੇਖਦਾ, ਮੈਂ ਤਾਂ ਹੈਰਾਨ ਅੱਜ ਕੱਲ੍ਹ ਦੀਆਂ ਕੁੜੀਆਂ ਤੋਂ, ਕਿਹਾ ਜਿਹਾ ਟਾਈਮ ਆ ਗਿਆ। ਹੈਂ, ਇੱਕ ਸਾਡਾ ਟਾਈਮ ਸੀ ਜਿੱਥੇ ਆਪਦੇ ਵਿਆਹ ਦੀ ਗੱਲ ਕਰਨੀ ਤਾਂ ਦੂਰ ਫੋਟੋ ਵੀ ਨਹੀਂ ਦੇਖਦੇ, ਹੁਣ ਆਪਦੇ ਵਿਆਹ ਦੀਆਂ ਗੱਲਾਂ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਆਪ ਕਰਦੀਆਂ ਨੇ। ਲੈ, ਉਹ ਆ ਗਿਆ ਤੇਰਾ ਪਿਓ ਵੀ, ਪੁੱਛ ਨਹੀਂ ਹੁਣ। ਆ ਗਏ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਬਹਿ ਜਾ। ਕਿਵੇਂ ਲੱਗਿਆ ਘਰ ਬਾਰ ਮੁੰਡੇ ਦਾ? ਉਹ ਸਵਾਹ ਉੱਤੇ ਜਿਹੜੀ ਨੇ ਸਾਡੇ ਸਿਰ 'ਚ ਪਵਾਤੀ, ਉਹ ਨਾ ਕੋਈ ਖਾਨਦਾਨ, ਨਿਕੰਮਾ ਸਿਰੇ ਦਾ, ਵਿਹਲਾ ਸਿਰੇ ਦਾ, ਕੋਈ ਕੰਮ ਨਹੀਂ ਕਰਦਾ, ਕੋਈ ਕਾਜ ਨਹੀਂ ਕਰਦਾ, ਨਾ ਕੋਈ ਅੱਗਾ ਨਾ ਕੋਈ ਪਿੱਛਾ, ਉੱਥੇ ਨਹੀਂ ਇਹਦਾ ਵਿਆਹ ਹੋ ਸਕਦਾ। ਡੈਡੀ, ਤੁਸੀਂ ਬੰਟੀ ਨੂੰ ਮਿਲੇ? ਮਿਲੇ? ਉਹ ਮੈਂ ਬਾਹਰ ਵੀ ਪੁੱਛ ਲਿਆ ਸਾਰਾ, ਕੀ ਆ ਉਹਦਾ ਖਾਨਦਾਨ, ਉਹ ਖਾਨਦਾਨ ਹੀ ਕੋਈ ਹੈਗਾ, ਉੱਥੇ ਨਹੀਂ ਤੇਰਾ ਰਿਸ਼ਤਾ ਹੋ ਸਕਦਾ। ਪਰ ਡੈਡੀ, ਮੈਂ ਕਿਹੜਾ ਖਾਨਦਾਨ ਨਾਲ ਰਹਿਣਾ, ਮੈਂ ਤਾਂ ਬੰਟੀ ਨਾਲ ਰਹਿਣਾ ਨਾ, ਮੈਂ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਤੈ ਮੇਰਾ ਪਿਆਰ ਦੇਖਿਆ? ਤੈ ਮੇਰਾ ਗੁੱਸਾ ਨਹੀਂ ਦੇਖਿਆ? ਜ਼ਮੀਨ 'ਚ ਕੱਢ ਦੂੰ ਤੈਨੂੰ ਜੇ ਉਹਦਾ ਨਾਮ ਹੋਣ ਲੱਗਾ। ਕੀ ਕਰਦੇ ਹੋ ਤੁਸੀਂ ਇਹ, ਜਵਾਨ ਕੁੜੀ ਦੇ ਹੱਥ ਚੱਕਦੇ ਹੋ, ਲੋਕ ਕੀ ਕਹਿਣਗੇ? ਉਹ ਜ਼ਿਆਦਾ ਜਵਾਨ ਹੋ ਗਈ, ਜਿੱਥੇ ਅਸੀਂ ਰਿਸ਼ਤਾ ਕਰਾਂਗੇ ਨਾ ਇਹਦਾ ਰਿਸ਼ਤਾ ਉੱਥੇ ਹੋਊਗਾ, ਜਾਂ ਭੋਲੀ ਭੈਣ ਨੂੰ ਫੋਨ ਕਰਦੇ, ਜਿੱਥੇ ਉਹ ਰਿਸ਼ਤਾ ਕਹਿੰਦੀ ਆ ਉੱਥੇ ਰਿਸ਼ਤਾ ਹੋਊਗਾ। ਚੁੱਪ ਕਰ। ਹ
ਹਰਲੀਨ ਇਹ ਕੁੜੀ ਨਾ ਕਦੇ ਉੱਠੇ ਆਪਣੇ ਆਪ। ਇਹ ਹਰਲੀਨ ਹੈ? ਹਰਲੀਨ ਤਾਂ ਹੈ ਨਹੀਂ, ਕਿੱਥੇ ਗਈ ਇਹ ਕੁੜੀ? ਮੈਂ ਬੰਟੀ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹਾਂ, ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਿਓ, ਮੈਂ ਬੰਟੀ ਨਾਲ ਬਹੁਤ ਖੁਸ਼ ਰਹੂੰਗੀ। ਹਾਏ ਰੱਬਾ, ਆਹ ਕੁੜੀ ਨੇ ਕੀ ਚਾਂਦਰਾ ਚਾੜਤਾ, ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ। ਹਾਏ ਰੱਬਾ, ਮੈਂ ਹੁਣ ਕੀ ਜਵਾਬ ਦੇਵਾਂ? ਮਾਰ ਗਈ ਇਹ ਕੁੜੀ ਤਾਂ ਸਾਨੂੰ ਜਿਉਂਦੇ ਜੀ, ਕੀ ਕਰਾਂ ਮੈਂ? ਹੀਰ ਦੇ ਡੈਡੀ, ਹੀਰ ਦੇ ਡੈਡੀ! ਉਸ ਦਿਨ ਤੋਂ ਬਾਅਦ ਮੇਰੀ ਹੀਰ ਦਾ ਕੁਝ ਪਤਾ ਨਹੀਂ ਲੱਗਿਆ, ਨਾ ਉਹਦੇ ਪਾਪਾ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਆ। ਅੱਜ ਤਾਂ ਹੀਰ ਨੂੰ ਮਰੀ ਮੰਨ ਲਿਆ ਸੀ, ਪਰ ਸਾਨੂੰ ਕੀ ਪਤਾ ਸਾਡੀ ਧੀ ਸੱਚੀ? ਬਾਬਾ ਜੀ, ਹੀਰ ਆਪਣਾ ਫੋਨ ਨਾਲ ਲੈ ਕੇ ਗਈ ਸੀ ਉਹ? ਹਾਂਜੀ, ਨਾਲ ਲੈ ਕੇ ਗਈ ਸੀ। ਫਿਰ ਤੁਸੀਂ ਐਂ ਕਰੋ, ਉਹਦਾ ਨੰਬਰ ਲਿਖਵਾ ਦਿਓ। ਹਾਂਜੀ, ਨੰਬਰ ਲਿਖ ਲਓ, 90233 70036। ਹੈਲੋ, ਇੱਕ ਨੰਬਰ ਭੇਜ ਰਿਹਾ, ਉਸਦੀ ਸਾਰੀ ਕਾਲ ਡਿਟੇਲ ਕਢਾਓ, ਜਲਦੀ ਤੋਂ ਜਲਦੀ ਕਢਾਓ, ਸ਼ਾਮ ਨੂੰ ਸਾਨੂੰ ਸਾਰੀ ਚਾਹੀਦੀ ਹੈ ਡਿਟੇਲ। ਠੀਕ। ਹਾਂਜੀ ਜਨਾਬ, ਮੈਨੂੰ ਕਿਉਂ ਬੁਲਾਇਆ ਇੱਥੇ? ਹੀਰ ਨੂੰ ਜਾਣਦਾ ਤੂੰ? ਹੀਰ? ਕੌਣ ਹੀਰ? ਦੇਖ ਇਹਨੂੰ ਧਿਆਨ ਨਾਲ, ਕਣਕਵਾਲ ਪਿੰਡ ਤੋਂ ਹੈ ਕੁੜੀ, ਦਿਮਾਗ 'ਤੇ ਥੋੜ੍ਹਾ ਜਿਹਾ ਜ਼ੋਰ ਪਾ, ਕੁਛ ਪਤਾ ਲੱਗੂ ਤੈਨੂੰ। ਆਹ ਵਾਲੀ ਹੀਰ? ਹਾਂ ਯਾਦ ਆਇਆ, ਆਹ ਤਾਂ ਮੇਰੇ ਦੋਸਤ ਬੰਟੀ ਦੀ GFC। ਕਿਉਂ GFC? ਹੁਣ ਨਹੀਂ ਆ? ਮੇਰਾ ਮਤਲਬ ਮੇਰੇ ਦੋਸਤ ਜੀਫ ਆ, ਇਹ ਦੋਹੇ ਘਰੋਂ ਭੱਜ ਗਏ ਨੇ, ਤਾਂ ਹੀ ਮੇਰੇ ਮੂੰਹ 'ਚੋਂ ਸੀ ਨਿਕਲ ਆਇਆ। ਉਹ ਡਰੀ ਕਿਉਂ ਜਾਂਦਾ ਸ਼ੇਰਾ, ਅਸੀਂ ਕੀ ਕਿਹਾ ਤੈਨੂੰ? ਨਹੀਂ, ਮੈਂ ਕਿਉਂ ਡਰਨਾ, ਮੈਂ ਕਿਹੜਾ ਕੋਈ ਜ਼ੁਲਮ ਕੀਤਾ? ਤੁਹਾਨੂੰ ਭੱਜ ਕੇ ਕਿੱਥੇ ਗਏ ਨੇ? ਉਹ ਜਨਾਬ, ਮੈਨੂੰ ਕਿਵੇਂ ਪਤਾ ਹੋਊਗਾ? ਪੱਕਾ ਨਹੀਂ ਪਤਾ? ਨਹੀਂ ਜਨਾਬ, ਨਹੀਂ ਪਤਾ ਤੈਨੂੰ? ਆਇਆ ਕੁਝ ਜ਼ਿਆਦਾ ਗਲੂਕੋਜ਼ ਦਈਏ ਤੈਨੂੰ? ਉਹ ਤੁਸੀਂ ਕੁੱਟਮਾਰ ਕਰਕੇ ਸਾਬਿਤ ਕੀ ਕਰਨਾ ਚਾਹੁੰਦੇ ਹੋ? ਤੂੰ ਐਂ ਨਹੀਂ ਕੁਝ ਬੋਲਣਾ, ਤੇਰੀ ਚੰਗੀ ਤਰ੍ਹਾਂ ਸਰਵਿਸ ਕਰਨੀ ਪਊ, ਫਿਰ ਦੇਖੀ ਕਿਵੇਂ ਤੋਤੇ ਮੰਗੂ ਰੜਦਾ ਤੂੰ। ਆ ਦਿਖਾਓ ਸਾਰੇ ਨੂੰ ਕਾਲ ਡਿਟੇਲ। ਦੇਖ ਆਹ ਕਾਲ ਡਿਟੇਲਾਂ ਨੇ ਜਿਹੜੀਆਂ ਅਸੀਂ ਹੀਰ ਦੀਆਂ ਕਢਵਾਈਆਂ ਸੀ, ਤੇ ਇਹਦੇ ਵਿੱਚ ਲਾਸਟ ਗੱਲ ਬੰਟੀ ਨਾਲ ਹੋਈ ਆ, ਤੇ ਫਿਰ ਅਸੀਂ ਬੰਟੀ ਦੀ ਲਾਸਟ ਕਾਲ ਡਿਟੇਲ ਕਢਾਈ ਸੀ, ਤੇ ਉਹਦੀ ਗੱਲ ਸਿਰਫ ਤੇਰੇ ਨਾਲ ਹੋਈ ਆ, ਤੇ ਜਿਹੜੀ ਉਹ ਕੋਠੀ ਨਹੀਂ ਹੈਗੀ, ਉਹ ਤੇਰੇ ਦੂਰ ਦੇ ਰਿਸ਼ਤੇਦਾਰ ਦੀ ਆ, ਜਿਹਦੇ ਵਿੱਚ ਆਧਾਰ ਕਾਰਡ ਮਿਲਿਆ ਸੀ ਸਾਨੂੰ। ਹੁਣ ਸੱਚ ਸੱਚ ਦੱਸ, ਗੱਲ ਕੀ ਆ? ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ, ਤੇ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਸੀ, ਤੇ ਫਿਰ ਸਕਦੀ।
ਕਦੇ ਵੀ ਹਰਦੀਆਂ ਨੇ ਤੇਰੇ ਉੱਤੋਂ ਤਾਂ ਯਾਰਾ ਵੀ ਜਨਮ ਕਈ ਵਾਰਾਂ ਤੈਨੂੰ ਤੱਕ ਤੱਕ ਕੇ ਵੇ ਮੈਂ ਜਿਉਨੀ ਆ ਬੰਟੀ ਇਹਨੂੰ ਅੱਧੀ ਰਾਤ ਨੂੰ ਗੀਜ਼ਰ ਨੂੰ ਪੈ ਗਿਆ। ਹੈਲੋ, ਹਾਂ ਕੀ ਕੰਮ ਪੈ ਗਿਆ ਤੈਨੂੰ? ਉਹ ਤੇਰੀ ਉਹ ਆਹ ਕੀ ਪੰਗਾ ਪਾ ਲਿਆ ਤੂੰ, ਬਿਨਾਂ ਸੋਚੇ ਸਮਝੀ ਕੁੜੀ ਭਜਾ ਲਿਆ। ਓਏ ਰੁਕ ਤੂੰ, ਮੈਂ ਆਉਣਾ ਬਸ 10 ਮਿੰਟਾਂ 'ਚ, ਉੱਥੇ ਹੀ ਖੜ ਜਾ। ਕੰਮ ਸੇ ਕੰਮ ਇਹਨੂੰ ਕੋਈ ਪਲੈਨਿੰਗ ਨਾਲ ਤਾਂ ਦੱਸ ਦਿੰਦੀ ਵੀ ਆਪਾਂ ਨੇ ਭੱਜਣਾ ਹੈਗਾ। ਤੂੰ ਚੱਕ ਕੇ ਮੈਨੂੰ ਫੋਨ ਮਾਰਤਾ ਕਿ ਭੱਜੀਏ। ਉਹ ਯਾਰ, ਮੇਰੇ ਡੈਡੀ ਹੋਰ ਤਾਂ ਕਾਲ ਕਰੀ ਜਾਂਦੇ ਸੀਗੇ ਰਿਸ਼ਤੇ ਨੂੰ, ਉਹਨਾਂ ਨੇ ਮੇਰੀ ਚਾਚੀ ਦੇ ਕਹੇ ਰਿਸ਼ਤੇ ਦੇ ਨਾ ਉੱਥੇ ਵਿਆਹ ਕਰਵਾ ਦੇਣਾ ਸੀ, ਤਾਂ ਕਰਕੇ ਬਸ ਮੈਨੂੰ ਕੁਛ ਨਹੀਂ ਸੋਚਿਆ, ਮੈਂ ਤਾਂ ਭੱਜ ਆਈ। ਯਾਰ ਮੈਨੂੰ ਤਾਂ ਆਹੀ ਡਰ ਲੱਗੀ ਜਾਂਦਾ ਕਿ ਤੂੰ ਲੱਭਦੇ ਲੱਭਦੇ ਆਪਾਂ ਨੂੰ ਲੱਭ ਲੈਣਾ। ਉਹ ਨਹੀਂ ਯਾਰ, ਹਲੇ ਨਹੀਂ ਉਹ ਲੱਭਦੇ ਹੈਗੇ, ਉਹ ਮੈਨੂੰ ਸਵੇਰੇ ਲੱਭਣਗੇ, ਕਿਉਂਕਿ ਮੈਂ ਨਾ ਸਰਾਣੇ ਥੱਲੇ ਉੱਤੇ ਬਿਸਤਰ ਰੱਖਿਆ ਹੀ ਸੀਗੀ, ਉਹਨਾਂ ਨੂੰ ਲੱਗੂਗਾ ਕਿ ਮੈਂ ਸੁੱਤੀ ਪਈ ਹਾਂ। ਬੜੀ ਸਤਾਣਾ ਯਾਰ ਦੂਜਾ ਫਿਰ। ਓਏ ਅੱਗੇ ਦਾ ਪਲਾਨ ਕੀ ਆ? ਉਹ ਅੱਗੇ ਦਾ ਪਲਾਨ ਕੀ ਆ ਬਈ ਯਾਰ, ਸਾਨੂੰ ਤਾਂ ਜਲਦਬਾਜ਼ੀ 'ਚ ਆ ਫੈਸਲਾ ਲੈਣਾ ਪਿਆ ਯਾਰ। ਹੁਣ ਫਿਰ ਕਿੱਥੇ ਜਾਣਾ ਵੀਰੇ? ਤੁਸੀਂ ਸਾਡਾ ਬਸ 2 ਕੁ ਦਿਨ ਕਿਤੇ ਰਹਿਣ ਦਾ ਇੰਤਜ਼ਾਮ ਕਰ ਦਿਓ, ਫਿਰ ਅਸੀਂ ਪੰਜਾਬ ਤੋਂ ਬਾਹਰ ਚਲ ਜਾਣਾ। ਓਏ ਮੇਰੀ ਭੂਆ ਕੀ ਕੋਠੀ ਵਿਹਲੀ ਪਈ ਆ, ਉਹ ਤਾਂ ਸਾਰੇ ਬਾਹਰ ਗਏ ਹੋਏ ਨੇ, ਉੱਥੇ ਦੇਖ ਲਓ। ਫਟਾਫਟ ਬੈਠੋ ਤੁਸੀਂ ਯਾਰ। ਚੱਲੋ ਚਲੋ ਜੀ। ਇਸ ਕੋਠੀ ਦੀ ਹਾਲਤ ਤਾਂ ਕਿੰਨੀ ਮਾੜੀ ਆ। ਓਏ ਕਿੰਨੇ ਸਾਲਾਂ ਤੋਂ ਐਵੇਂ ਪਈ ਆ, ਸਾਫ ਕੀ ਨਹੀਂ ਕਰਨੀ ਸੀ? ਉਹ ਚੱਲ ਬਈ, ਸਾਨੂੰ ਇਹ ਗੱਲ ਦਾ ਤਾਂ ਕੋਈ ਨਹੀਂ ਹੈਗਾ, ਅਸੀਂ ਤਾਂ 2-4 ਦਿਨ ਕੱਟਣੇ ਨੇ, ਅਸੀਂ ਸਫਾਈ ਤੋਂ ਕੀ ਲੈਣਾ ਗਾ। ਉਹ ਚੰਡੀਗੜ੍ਹ ਜਾ ਕੇ ਕੋਰਟ ਮੈਰਿਜ ਕਰਵਾਇਓ, ਸੱਚ ਯਾਦ ਆਇਆ ਤੁਸੀਂ ਡਾਕੂਮੈਂਟ ਲੈ ਕੇ ਆਏ ਹੋ ਉਹਦੇ? ਸਾਰੇ ਡਾਕੂਮੈਂਟਸ ਮੈਂ ਪਾ ਲਏ ਸੀਗੇ ਬੈਗ 'ਚ, ਫਿਰ ਯਾਦ ਆਇਆ ਮੈਂ ਤਾਂ ਆਧਾਰ ਕਾਰਡ ਹੀ ਭੁੱਲ ਗਈ ਸੀ, ਉਹ ਮੈਂ ਜੈਕਟ 'ਚ ਪਾ ਲਿਆ ਸੀਗਾ ਆਪਣੀ ਜਲਦੀ ਜਲਦੀ 'ਚ। ਵੈਸੇ ਮੈਂ ਵਾਸ਼ਰੂਮ ਜਾਣਾ ਸੀ, ਕਿੱਧਰ ਹੈ? ਉੱਧਰ ਆ। ਓਕੇ। ਓਫੋ, ਮੈਂ ਕਹਿੰਦੀ ਹਾਂ ਜੈਕਟ ਤਾਂ ਗਿੱਲੀ ਹੋ ਗਈ, ਇਹਨੂੰ ਮੈਂ ਕੱਢ ਹੀ ਦਿੰਦੀ ਹਾਂ, ਬਾਅਦ 'ਚ ਪਾ ਲੂੰਗੀ, ਇੱਥੇ ਰੱਖ ਦਿੰਦੀ ਹਾਂ।
ਜੇ ਕੋਈ ਇੱਥੇ ਭਾਂਡਾ ਜਾਂ ਸਮਾਨ ਹੁੰਦਾ ਚਾਹ ਬਣਾ ਲੈਂਦੇ। ਓਏ ਮੈਂ ਐਵੇਂ ਕਰਦਾ, ਘਰੇ ਜਾਂਦਾ ਨਾਲ ਚਾਹ ਬਣਾ ਲਿਆਉਣਾ, ਮੈਂ ਰੋਟੀ ਲੈ ਕੇ ਆਉਣਾ ਤੁਹਾਡੇ ਵਾਸਤੇ। ਵੈਸੇ ਵੀ ਮੈਂ ਤੈਨੂੰ ਇੱਕ ਗੱਲ ਕਹਾਂ, ਮੈਂ ਤੇਰੇ ਸਾਰੀ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ, ਤੇ ਬਹੁਤ ਮਦਦ ਕਰੀ ਹੈ ਯਾਰ ਸਾਡੀ ਤੇ। ਓਏ ਫੇਰ ਕੀ ਹੋਇਆ, ਔਖੇ ਵੇਲੇ ਯਾਰੀ ਕੰਮ ਦਾ ਯਾਰ ਦੇ। ਓਏ ਆਹ ਤਾਂ ਗੱਲ ਸਹੀ ਹੈ ਤੇਰੀ। ਇਹ ਗੱਲ ਤਾਂ ਸਹੀ ਹੈ ਬਾਈ, ਤੁਸੀਂ ਸਾਡੀ ਬਹੁਤ ਮਦਦ ਕੀਤੀ ਹੈ, ਬਸ ਸਾਡੇ 'ਤੇ ਇੱਕ ਹੋਰ ਅਹਿਸਾਨ ਕਰ ਦਿਓ, ਅੱਜ ਰਾਤ ਸਾਨੂੰ ਚੰਡੀਗੜ੍ਹ ਵਾਲੀ ਬੱਸ ਬਿਠਾ ਜਿਓ, ਜਦੋਂ ਅਸੀਂ ਚੰਡੀਗੜ੍ਹ ਚਲੇ ਗਏ ਫਿਰ ਕੋਈ ਖਤਰਾ ਨਹੀਂ। ਓਏ ਉਹ ਤਾਂ ਮੈਂ ਬਿਠਾ ਦੂੰਗਾ ਚੰਡੀਗੜ੍ਹ ਵਾਲੀ ਬੱਸ 'ਚ, ਪਰ ਉੱਥੇ ਜਾ ਕੇ ਕਰੋਗੇ ਕੀ, ਇੰਨਾ ਮਹਿੰਗਾ ਸ਼ਹਿਰ ਆ ਉਹ। ਉਹ ਬਾਈ ਤੂੰ ਇਹ ਗੱਲ ਜਮਾਂ ਫਿਕਰ ਨਾ ਕਰ, ਹੀਰ ਘਰੋਂ ਕੈਸ਼ ਦੇ ਗਹਿਣੇ ਲੈ ਕੇ ਆਈ ਹੈਗੀ, ਅਸੀਂ ਉੱਥੇ ਚੰਡੀਗੜ੍ਹ ਵੀ ਆਪਦਾ ਕੰਮ ਸਟਾਰਟ ਕਰਾਂਗੇ ਵਧੀਆ ਜਿਹਾ। ਓਏ 2-3 ਹਜ਼ਾਰ ਨਾਲ ਕੁਛ ਨਹੀਂ ਹੋਣਾ, ਚੰਡੀਗੜ੍ਹ ਆਓ। ਨਹੀਂ ਭਾਜੀ, ਮੈਂ ਬਥੇਰੇ ਪੈਸੇ ਲੈ ਕੇ ਆਈ ਹਾਂ, ਮੇਰੀ ਮੰਮੀ ਨੇ ਮੇਰੇ ਵਿਆਹ ਵਾਸਤੇ ਗਹਿਣੇ ਬਣਾ ਕੇ ਰੱਖੇ ਸੀ, ਉਹ ਘੱਟੋ ਘੱਟ 5-6 ਲੱਖ ਰੁਪਏ ਦੇ ਹੈ, ਨਾਲੇ ਮੈਂ ਕੈਸ਼ ਵੀ 1.5 ਲੱਖ ਰੁਪਏ ਲੈ ਕੇ ਆਈ ਹਾਂ। ਇੰਨੇ ਪੈਸੇ ਦੇ ਗਹਿਣੇ? ਮੈਂ ਕੋਈ ਛੋਟੇ ਮੋਟੇ ਘਰ ਤੋਂ ਨਹੀਂ ਹੈਗੀ, ਬਹੁਤ ਪੈਸੇ ਨੇਗੇ ਉੱਥੇ, ਆ 5-6 ਲੱਖ ਨਾਲ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੂੰ ਹੁਣ ਕਿਹੜੀਆਂ ਸੋਚਾਂ 'ਚ ਪੈ ਰਿਹਾ ਹੈਗਾ? ਉਹ ਮੈਂ ਤਾਂ ਤੁਹਾਡੇ ਵਾਰੀ ਸੋਚਦਾ ਸੀ, ਮੈਂ ਰਾਤ ਨੂੰ ਗੱਡੀ ਲੈ ਕੇ ਆ ਕੇ ਤੁਹਾਨੂੰ ਚੰਡੀਗੜ੍ਹ ਦੀ ਬੱਸ ਚੜ੍ਹਾ ਦਾਂ। ਹਾਂ ਇਹ ਸਹੀ ਰਹੂਗਾ, ਤੁਸੀਂ ਗੱਡੀ ਲੈ ਆਓ, ਅਸੀਂ ਸੌਖੇ ਚੱਲ ਜਾਵਾਂਗੇ ਬੱਸ ਸਟੈਂਡ ਤੱਕ। ਚੱਲ ਮੈਂ ਰੋਟੀ ਪਾਣੀ ਦਾ ਹੀਲਾ ਕਰਦਾ, ਨਾਲੇ ਕਰਦਾ ਗੱਡੀ ਦਾ ਹੀਲਾ, ਠੀਕ ਆ? ਅਤੇ ਆਪਾਂ ਰਾਤ ਨੂੰ 10-11 ਵਜੇ ਪਹੁੰਚ ਜਾਵਾਂਗੇ, ਹੁਣ ਮੈਂ ਚੱਲਦਾ, ਠੀਕ ਆ? ਇੰਨਾ ਪੈਸਾ ਚੱਕੀ ਫਿਰਦੇ ਪਤੰਦਰ, 8-9 ਲੱਖ ਜੇ ਹੱਥ ਲੱਗ ਜੇ ਨਾ ਜ਼ਿੰਦਗੀ ਬਣ ਜੂ, ਜਮਾਂ ਨਜ਼ਰ ਆ ਜੂਗਾ। ਕੋਈ ਜੁਗਾੜ ਤਾਂ ਕਰਨੀ ਪੈਣਾ, ਨਾਲੇ ਆਪਦਾ ਕੰਮ ਸ਼ੁਰੂ ਕਰ ਲਾਂਗੇ ਆਪਾਂ। ਕੀ ਹੋ ਗਿਆ, ਗੱਡੀ ਕਿਉਂ ਰੁਕੀ ਇੱਥੇ? ਉਹ ਪਤਾ ਨਹੀਂ ਯਾਰ, ਆਪੇ ਬੰਦ ਹੋ ਗਈ, ਦੇਖਦਾ ਮੈਂ। ਰੁਕੋ, ਇੰਨੀ ਸੁੰਨਸਾਨ ਜਗ੍ਹਾ ਤੇ ਬਾਹਰ ਜਾਣਾ ਸਹੀ ਨਹੀਂ ਹੈਗਾ। ਗੱਡੀ ਦੇ ਹੁਣ ਚੈੱਕ ਕਰਨੀ ਹੈ, ਉਹ ਵੀ ਕੀ ਨੁਕਸ ਤੇ, ਚੱਲ ਬਈ ਦੇਖਦੀ ਯਾਰ। ਉਹ ਬੰਟੀ ਓਏ ਆਈ ਮੜਾ ਜਾ। ਬੰਟੀ ਧਿਆਨ ਨਾਲ ਜਾਇਓ, ਇਹ ਸੁੰਨੀ ਜਗ੍ਹਾ ਹੈ। ਕੀ ਹੋ ਗਿਆ? ਆ ਦੇਖ ਯਾਰ, ਪਤਾ ਨਹੀਂ ਕੀ ਹੋ ਗਿਆ। ਹੀਰ ਮੜਾ ਜਾ ਬਾਹਰ ਆਈ, ਬੰਟੀ ਨੂੰ ਪਤਾ ਨਹੀਂ ਕੀ ਹੋ ਗਿਆ। ਪੈਸਿਆਂ ਲਈ ਤੂੰ ਸਾਡੇ ਤੋਂ ਪੈਸੇ ਐਂ ਮੰਗ ਲੈਂਦਾ, ਅਸੀਂ ਕੀ ਵਿਗਾੜਿਆ ਤੇਰਾ? ਓਏ ਐਵੇਂ ਕੌਣ ਦਿੰਦਾ ਹੁੰਦਾ ਪੈਸੇ, ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਹੁਣ ਮੈਂ ਆਪ ਹੀ ਲੈ ਲੂੰਗਾ। ਪਲੀਜ਼ ਮੈਨੂੰ ਛੱਡ ਦੇ। ਨਹੀਂ ਛੱਡਦਾ। ਪੈਸੇ ਵੀ ਮਿਲ ਗਏ ਤੇ ਲਾਸ਼ਾਂ ਨੂੰ ਵੀ ਅੱਗ ਲਾਤੀ, ਹੁਣ ਆਪਾਂ ਚੱਲਦੇ ਹਾਂ, ਕੋਈ ਦੇਖ ਨਾ ਲਵੇ।
ਅਤੇ ਮੈਂ ਕੁਝ ਪੈਸਿਆਂ ਖਾਤਰ ਆਪਣੇ ਯਾਰ ਨਾਲ ਯਾਰ ਮਾਰ ਕਰ ਗਿਆ ਅਤੇ ਕਿਸੇ ਕੰਮ ਨਹੀਂ ਆਇਆ। ਹੁਣ ਮੈਨੂੰ ਸਾਰੀ ਉਮਰ ਜੇਲ੍ਹ ਕੱਟਣੀ ਪੈਣੀ ਆ। ਉਹ ਤੇਰੇ ਵਰਗੇ ਯਾਰ ਨਾਲ ਉਹ ਚਾਰ ਦੁਸ਼ਮਣ ਪਾਲ ਲੈਂਦਾ, ਚੰਗਾ ਸੀਗਾ